13 ਤੋਂ ਲੈ ਕੇ 23 ਇਕੱਠੇ ਹੀ ਰਹੇ ਨੇ ਇਹ ਨੂਰਾ ਕੁਸ਼ਤੀ ਕਰਦੇ ਰਹੇ ਨੇ ਹੁਣ ਸ਼ਰਿਆਮ ਇਕੱਠੇ ਹੋ ਗਏ ਨੇ ਸੋ ਇਹਦੇ ਵਿੱਚ ਕੋਈ ਹੈਰਾਨੀ ਦੀ ਗੱਲ ਸਾਡੇ ਵਾਸਤੇ ਤਾਂ ਹੈ ਨਹੀਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਪਿੰਡਾਂ ਸ਼ਹਿਰਾਂ 'ਚ ਗ੍ਰਾਂਟਾਂ ਪੇਸ਼ ਕੀਤੀਆਂ ਲੋਕਾਂ ਨੂੰ ਦੂਰ ਕੀਤਾ ਹੈ ਉਹ ਇਕੱਲੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ 1 ਲੱਖ ਕਰੋੜ ਦਾ ਖਰਚਾ ਪੰਜਾਬੀਆਂ ਦੇ ਉੱਤੇ ਕਾਂਗਰਸ ਲੁੱਟ ਕੇ ਖਾਤੇ ਤੁਰ ਗਈ ਤੇ ਇਹਨਾਂ ਨੇ 1.5 ਸਾਲ 'ਚ 50,000 ਕਰੋੜ ਦਾ ਕਰਜ਼ਾ ਲੈ ਕੇ ਇਹਦੇ ਬਾਵਜੂਦ ਅਜੇ ਵੀ ਨਹੀਂ ਇਹਨਾਂ ਨੇ ਪੇਟ ਭਰਿਆ ਹੁਣ ਇੱਕ ਨਵਾਂ ਜਹਾਜ਼ ਖਰੀਦ ਰਹੇ ਨੇ 600 ਘੰਟੇ ਉਹ ਜਹਾਜ਼ ਕਿੱਥੇ ਪੰਜਾਬ 'ਚ ਉਤਰੂਗਾ ਇਹ ਤਾਂ ਕੇਜਰੀਵਾਲ ਦੀ ਸਿਆਸਤ ਚਮਕਾਉਣ ਵਾਸਤੇ ਪ੍ਰਧਾਨ ਮੰਤਰੀ ਦੇ ਸੁਪਨੇ ਪੂਰੇ ਕਰਨ ਵਾਸਤੇ ਦੇਸ਼ ਪ੍ਰਜਾ ਕਰਜ਼ਾ ਹੀ ਪੰਜਾਬ ਆਊਗਾ शुकराना दिखे सबे थाए नहीं तुझते हमेशा इस दर च आके खुला बख्शा के अरदासा बेटिया कर खुशियां भर के सारी दुनिया की संगत जाती है उस संगत का सहारा मैम राहुल गांधी आ रहे हैं और सेवा करेंगे दूसरे पास कहने राजनीतिक पार्टी का कुछ भी काम नहीं है सेवा करने वास्ते पहुंच रहे आप उनसे कुछ चौवरना को साझा है तो सारे का साझा है दुनिया भर के लोग इतने आए ने मेरे वर्ग भी आ गए उन्होंने वर्ग भी आ गए ना कुछ मैम क्या कहेंगे केजरीवाल आ जा रहे हैं मल्टी स्पेशलिटी हॉस्पिटल का जो उद्घाटन किया जा रहा है पंजाब में क्या कहेंगे उस पे लग रहा है कि 2013 ਵਿੱਚ ਵੀ ਕੇਜਰੀਵਾਲ ਨੇ ਕਾਂਗਰਸ ਦੇ ਨਾਲ ਰਲ ਕੇ ਹੀ ਸਰਕਾਰ ਦਿੱਲੀ ਵਿੱਚ ਬਣਾਈ ਸੀ ਤੇ 13 ਤੋਂ ਲੈ ਕੇ 23 ਇਕੱਠੇ ਹੀ ਰਹੇ ਨੇ ਇਹ ਨੂਰਾ ਕੁਸ਼ਤੀ ਕਰਦੇ ਰਹੇ ਨੇ ਹੁਣ ਸ਼ਰਿਆਮ ਇਕੱਠੇ ਹੋ ਗਏ ਨੇ ਸੋ ਇਹਦੇ ਵਿੱਚ ਕੋਈ ਹੈਰਾਨੀ ਦੀ ਗੱਲ ਸਾਡੇ ਵਾਸਤੇ ਤਾਂ ਹੈ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਪੰਜਾਬ ਦਾ ਭਲਾ ਕਿਸੇ ਪਾਰਟੀ ਨੇ ਕੀਤਾ ਹੈ ਜੇ ਤਰੱਕੀ ਕੀਤੀ ਹੈ ਵਿਕਾਸ ਕੀਤਾ ਹੈਗਾ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਪਿੰਡਾਂ ਸ਼ਹਿਰਾਂ 'ਚ ਗ੍ਰਾਂਟਾਂ ਭੇਜ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕੀਤਾ ਹੈ ਉਹ ਇਕੱਲੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਜਿਨ੍ਹਾਂ ਨੇ ਡਟ ਕੇ ਇਸ ਸੂਬੇ ਦੇ ਹੱਕਾਂ ਦੀ ਰਾਖੀ ਵੀ ਕੀਤੀ ਤੇ 18 ਸਾਲ ਬਾਦਲ ਸਾਹਿਬ ਨੇ ਕਹਿਦਾ ਵੀ ਕੱਟਿਆ ਸੂਬੇ ਦੇ ਹੱਕਾਂ ਦੀ ਰਾਖੀ ਵਾਸਤੇ ਕਾਂਗਰਸ ਦੀ ਤਰ੍ਹਾਂ ਨਹੀਂ ਜਿਨ੍ਹਾਂ ਨੇ ਅੱਜ ਜਿਹੜੇ ਨਤਮਸਤਕ ਹੋਣ ਵਾਸਤੇ ਆ ਰਹੇ ਨੇ ਜੀ ਆਇਆਂ ਨੂੰ ਉਹਨਾਂ ਨੂੰ ਲੇਕਿਨ ਉਮੀਦ ਕਰਦੀ ਆ ਇੱਥੇ ਆ ਕੇ ਯਾਦ ਜ਼ਰੂਰ ਕਰਨਗੇ ਕਿ ਕਿਹੋ ਜਿਹਾ ਕਫਰ ਉਹਨਾਂ ਦੀ ਦਾਦੀ ਜੀ ਨੇ ਇੱਥੇ ਕੀਤਾ ਤੇ ਕਿਹੋ ਜਿਹਾ ਉਹਨਾਂ ਦੇ ਪਿਤਾ ਜੀ ਨੇ ਇਸ ਕੌਮ ਦੇ ਉੱਤੇ ਕੀਤਾ ਇਹ ਵੀ ਧਿਆਨ ਰੱਖਣ ਤੇ ਨਾ ਹੀ ਉਹ ਕੇਜਰੀਵਾਲ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਵੇਚਣ ਦਾ ਫੈਸਲਾ ਕਰਤਾ ਹੈਗਾ 1 ਲੱਖ ਕਰੋੜ ਦਾ ਕਰਜ਼ਾ ਪੰਜਾਬੀਆਂ ਦੇ ਉੱਤੇ ਕਾਂਗਰਸ ਲੁੱਟ ਕੇ ਖਾ ਕੇ ਤੁਰ ਗਈ ਤੇ ਇਹਨਾਂ ਨੇ 1.5 ਸਾਲ 'ਚ 50,000 ਕਰੋੜ ਦਾ ਕਰਜ਼ਾ ਲੈ ਕੇ ਇਹਦੇ ਬਾਵਜੂਦ ਅਜੇ ਵੀ ਨਹੀਂ ਇਹਨਾਂ ਦੀ ਢਿੱਡ ਭਰਿਆ ਹੁਣ ਇੱਕ ਨਵਾਂ ਜਹਾਜ਼ ਖਰੀਦ ਰਹੇ ਨੇ 600 ਘੰਟੇ ਉਹ ਜਹਾਜ਼ ਕਿੱਥੇ ਪੰਜਾਬ 'ਚ ਫਿਰੂਗਾ ਇਹ ਤਾਂ ਕੇਜਰੀਵਾਲ ਦੀ ਸਿਆਸਤ ਚਮਕਾਉਣ ਵਾਸਤੇ ਪ੍ਰਧਾਨ ਮੰਤਰੀ ਦੇ ਸੁਪਨੇ ਪੂਰੇ ਕਰਨ ਵਾਸਤੇ ਦੇਸ਼ ਭਰ 'ਚ ਕਰਜ਼ਾ ਹੀ ਪੰਜਾਬ ਆਊਗਾ ਸੋ ਪੰਜਾਬ ਦਾ ਹਰ ਹੱਕ ਨੂੰ ਕਮਜ਼ੋਰ ਕੀਤਾ ਭਾਵੇਂ ਸਾਡੀ ਰਾਜਧਾਨੀ ਦੇ ਉੱਤੇ ਭਾਵੇਂ ਸਾਡੇ ਪਾਣੀਆਂ ਦੇ ਉੱਤੇ ਸਾਡੇ ਬੱਚਿਆਂ ਦੀ ਨੌਕਰੀਆਂ ਬਾਹਰਲਿਆਂ ਨੂੰ ਮਿਲ ਰਹੀ ਹੈਗੀ ਤੇ ਪੰਜਾਬ ਨੂੰ ਕਰਜ਼ਾਈ ਕਰਕੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਲੋਕਾਂ ਨੂੰ ਜਾਗਣ ਦੀ ਲੋੜ ਹੈ ਤੇ ਉਸ ਪਾਰਟੀ ਦੀ ਬਾਹ ਫੜਨ ਦੀ ਲੋੜ ਹੈ ਜਿਹੜੀ ਪਾਰਟੀ ਉਹਨਾਂ ਦੀ ਆਪਣੀ